ਕਿਸੇ ਨੂੰ ਬੁਲਾਉਣ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ। ਮੈਂ ਵੀ ਸੁਣੀ ਉਹਨਾਂ ਦੀ ਸ਼ਾਮ ਨੂੰ, ਮੈਨੂੰ ਰਾਤ ਕੇ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਛ ਭਦੇਰ ਸਾਹਿਬ ਬੋਲੇ ਆ ਜਾਂ ਗੱਲੇਵਾਲ ਸਾਹਿਬ ਬੋਲੇ ਆ। ਇਹੋ ਜਿਹਾ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ, 5-4 ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ, ਲੁਧਿਆਣੇ ਦੇ ਅੰਦਰ ਹੋਇਆ ਸੀ। ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਹਿਬ, ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਆ, ਉਹਨਾਂ ਨੇ ਇਸ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾ ਤਾ। ਪਰ ਕਿਸਾਨੀ ਦੇ ਮੁੱਦੇ ਨੂੰ ਇਹ ਰੋਲੋ ਨਾ ਸਾਹਿਬ, ਇਟ ਇਜ਼ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਐਂਡ ਡੈਲਟ ਇਨ ਸੱਚ ਅ ਕਵੇਲੀਅਰ ਮੈਨਰ। ਕਿਸਾਨੀ ਮੁੱਦਿਆਂ ਤੇ ਚਰਚਾ ਦੇ ਲਈ ਕਿਸਾਨਾਂ ਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਸੱਦਾ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚਾ, ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਬੀਜੇਪੀ ਦੇ ਸੀਨੀਅਰ ਲੀਡਰਾਂ ਨੂੰ ਕਿਸਾਨਾਂ ਦੇ ਮੁੱਦਿਆਂ ਤੇ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਸੀ। ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਕਿਸਾਨਾਂ ਨੇ ਲੀਡਰਾਂ ਲਈ ਕੁਰਸੀਆਂ ਵੀ ਡਾਹੀਆਂ, ਉੱਥੇ ਫੋਟੋਆਂ ਵੀ ਲਾਈਆਂ, ਪਰ ਕੋਈ ਲੀਡਰ ਨਾ ਪਹੁੰਚਿਆ। ਹੁਣ ਸੁਨੀਲ ਜਾਖੜ ਤੋਂ ਜਦੋਂ ਸਵਾਲ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਮੈਨੂੰ 1 ਨਵੰਬਰ 2023 ਦਾ ਚੇਤਾ ਕਰਵਾਉਂਦਾ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਡਰਾਮਾ ਰਚਿਆ ਸੀ, ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਨਾਲ ਕੁਰਸੀਆਂ ਲਾਈਆਂ ਅਤੇ ਫੋਟੋ ਲਾਈਆਂ। ਯਾਨੀ ਕਿ ਸੁਨੀਲ ਜਾਖੜ ਨੇ ਕਿਸਾਨਾਂ ਦੀ ਇਸ ਡਿਬੇਟ ਦੀ ਤੁਲਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਡਿਬੇਟ ਨਾਲ ਕੀਤੀ ਅਤੇ ਮਾਨ ਦੀ ਡਿਬੇਟ ਨੂੰ ਉਹਨਾਂ ਨੇ ਡਰਾਮਾ ਕਿਹਾ। ਮੈਂ ਪ੍ਰਤੀਬੱਧ ਹਾਂ ਸਾਹਿਬ ਕਿਸਾਨੀ ਵਾਸਤੇ, ਮੈਂ ਕੋਈ ਕਿਸਾਨਾਂ ਦੇ ਅਹਿਸਾਨ ਨਹੀਂ ਕਰ ਰਿਹਾ। ਮੈਂ ਪਹਿਲਾਂ ਕਿਸਾਨ ਹਾਂ, ਬਾਅਦ 'ਚ ਕੋਈ ਹੋਰ ਹਾਂ ਲੀਡਰ ਜਾਂ ਕੁਛ ਕਿਸੇ ਪਾਰਟੀ ਨਾਲ ਜੁੜਿਆ, ਪਹਿਲਾਂ ਮੈਂ ਕਿਸਾਨ ਹਾਂ। ਅੱਜ ਮੈਂ ਜੋ ਕੁਛ ਹਾਂ, ਮੈਂ ਅਸੀਂ ਖੇਤੀਬਾੜੀ ਪਿਛੋਕੜ 'ਚੋਂ ਆਏ ਹਾਂ, ਅਤੇ ਇਸ ਕਰਕੇ ਠੀਕ ਹੈ ਸਾਹਿਬ ਵਿਰੋਧ ਕਰ ਰਿਹਾ, ਮੈਂ ਆਪਣੇ ਖਦਸੇ ਚੜੇ ਹਾਂ। ਇੱਕ ਸੈਕਿੰਡ ਸਾਹਿਬ, ਦੇਖੋ ਕਿਸੇ ਨੂੰ ਬੁਲਾਉਣ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ। ਮੈਂ ਵੀ ਸੁਣੀ ਉਹਨਾਂ ਦੀ ਸ਼ਾਮ ਨੂੰ, ਮੈਨੂੰ ਬਾਅਦ ਰਾਤ 'ਚ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਛ ਭਦੇਰ ਸਾਹਿਬ ਬੋਲੇ ਆ ਜਾਂ ਡੱਲੇਵਾਲ ਸਾਹਿਬ ਬੋਲੇ ਆ। ਉਹ ਬੋਲਣਾ ਲੋਕਤੰਤਰ 'ਚ ਸਭ ਦਾ ਹੱਕ ਹੈ, ਪਰ ਉਹ ਜਦੋਂ ਮੈਨੂੰ ਉਹ ਵੀਡੀਓ ਮੈਂ ਦੇਖੀ ਅਤੇ ਅਖਬਾਰਾਂ 'ਚ ਜਿਸ ਤਰ੍ਹਾਂ ਅੱਜ ਫੋਟੋਆਂ ਲੱਗੀਆਂ, ਮੈਨੂੰ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਕੀ ਆਇਆ ਜਦੋਂ ਤੁਸੀਂ ਫੋਟੋਆਂ ਦੇਖੀਆਂ ਉੱਥੇ ਕੁਰਸੀਆਂ 'ਤੇ? ਇਹੋ ਜਿਹਾ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ, 5-4 ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ, ਲੁਧਿਆਣੇ ਦੇ ਅੰਦਰ ਹੋਇਆ ਸੀ। ਹਾਂਜੀ, ਇਸ਼ੂ ਕੀ ਸੀਗਾ? SYL ਦਾ ਇਸ਼ੂ ਸੀਗਾ। SYL ਇਸ਼ੂ ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ, ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਛ ਹੋਰ ਦੇ ਕੇ ਆਏ, ਕਹਿੰਦੇ ਮੈਂ ਜਾ ਕੇ ਬਾਜਰਾ ਬਿਜਾ ਦੂੰਗਾ ਜੀ, ਤੁਸੀਂ ਆ ਰੱਦ ਕਰ ਦਿਓ ਜੀ, ਕੋਈ ਮਾਪਿਆ ਬਣਾ ਦੂੰਗਾ ਜੀ। ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਅਪੋਜੀਸ਼ਨ ਮੈਨੂੰ ਬਣਾਉਣ ਦੇ ਰਹੀ, ਨਾ ਹੀ ਇਹ ਕਿਸਾਨ ਬਣਾਉਣ ਦੇ ਰਹੇ, ਅਤੇ ਮੈਂ ਬਣਾ ਦੂੰਗਾ, ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ। ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ, ਉਹਨਾਂ ਨੇ ਉਹਦਾ ਇੱਕ ਈਵੈਂਟ ਬਣਾ ਤਾ, ਇੱਕ ਥੀਏਟਰ ਈਵੈਂਟ ਬਣਾ ਤਾ, ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ, ਉਹਨਾਂ ਦਾ ਜੇ ਪਿਛੋਕੜ ਹੈ। ਮੈਂ ਹੁਣ ਕਿਸਾਨ ਹਾਂ ਤਾਂ ਕਿਸਾਨੀ ਦੀ ਗੱਲ ਕਰੂੰਗਾ ਸਾਹਿਬ। ਉਹ ਕਲਾਕਾਰ ਹੈ ਜਾਂ ਜੋ ਕੁਛ ਵੀ ਉਹ ਡਰਾਮੇ ਕਰਦੇ ਸੀ, ਨਾਟਕ ਕਰਦੇ ਸੀਗੇ, ਉਹਨਾਂ ਨੇ ਨਾਟਕ ਕਰਤਾ ਸਾਹਿਬ। ਇਸ ਕਰਕੇ ਆਹ ਜਿਹੜਾ ਕੰਮ ਹੈ, ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ, SYL ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ। ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਹਿਬ, ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਆ, ਉਹਨਾਂ ਨੇ ਇਸ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾ ਤਾ। ਮੇਰੀ ਇਸ ਕਰਕੇ ਯੂਨੀਅਨ ਨੂੰ ਬੇਨਤੀ ਹੈ, ਸਾਡੀ ਮੁਖਾਲਫਤ ਕਰਨੀ ਹੈ, ਕਿਹਨੂੰ ਕੀ ਕਰਨਾ ਕਰੋ, ਪਰ ਕਿਸਾਨੀ ਦੇ ਮੁੱਦੇ ਨੂੰ ਐਂ ਰੋਲੋ ਨਾ ਸਾਹਿਬ। ਇਟ ਇਜ਼ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਐਂਡ ਡੈਲਟ ਇਨ ਸੱਚ ਅ ਕਵੇਲੀਅਰ ਮੈਨਰ। ਆਈ ਐਮ ਕਮਿਟਿਡ ਟੂ ਦਾ ਕੋਜ਼ ਆਫ ਫਾਰਮਰ, ਆਈ ਐਮ ਨਾਟ ਆਨਸਰਿੰਗ ਟੂ ਐਨੀਬਡੀ ਸਾਹਿਬ। ਕੋਈ ਆਪਣਾ, ਹਰੇਕ ਦਾ ਆਪਣਾ ਵਿਚਾਰ ਹੈ, ਮੇਰੇ ਬਰਾਬਰ ਬੈਠੇ ਹੋ ਸਕਦਾ, ਮੇਰੇ ਸਾਰੇ ਵਿਚਾਰ ਰੂਪਾਨੀ ਜੀ ਦੇ ਆਪਣਾ ਸੋਚ ਦੇ ਨਜ਼ਰੀਆ, ਇੱਧਰ ਰਾਜਵੀਰ ਹੋਰਾਂ ਦਾ ਨਜ਼ਰੀਆ ਕਿਸੇ ਦਾ ਵੀ ਹੋ ਸਕਦਾ, ਪਰ
ਮੇਰਾ ਜਿਹੜਾ ਨਜ਼ਰੀਆ ਕਿਸਾਨ ਦੇ ਵਾਸਤੇ, ਆਈ ਐਮ ਫੋਰ ਦਾ ਫਾਰਮਰ, ਮੈਂ ਪ੍ਰਤੀਬੱਧ ਹਾਂ ਕਿਸਾਨਾਂ ਦੇ ਪ੍ਰਤੀ, ਮੈਂ ਆਈ ਵਿਲ ਐਡਰੈਸ ਦਿਸ ਇਸ਼ੂ ਇਨ ਮਾਈ ਵੇ।